ਇਹ ਦੁਕਾਨ ਦੇ ਬਾਰੇ ਪਾਰਟਿਕੂਲਰ ਦੱਸਦੇ ਜਾ ਰਹੇ ਸੀਗੇ ਵੀ ਇਹ ਵੀ ਛੋਟੇ ਛੋਟੇ ਬੱਚਿਆਂ ਨੂੰ ਵੀ ਜਿਹੜੇ ਹੈਗੇ ਪ੍ਰੈਗਾ ਦੇ ਜਿਹੜੇ ਕੈਪਸੂਲ ਦੇ ਰਹੇ ਹੈਗੇ ਜੀ ਉਹਦੇ ਸੰਬੰਧ ਦੇ ਵਿੱਚ ਅਸੀਂ ਕੱਲ੍ਹ ਪ੍ਰਿੰਸੀਪਲ ਚ ਅਸੀਂ ਬੰਦੇ ਉਹਦੇ ਸਾਰੇ ਪਾਸੇ ਲਾਏ ਹੋਏ ਸੀਗੇ ਉਹ ਅਸੀਂ ਦੇਖਿਆ ਵੀ ਬਾਕੀ ਇਹ ਬੰਦਾ ਕੰਮ ਕਰ ਰਿਹਾ ਤੇ ਅਸੀਂ ਫਿਰ ਡਰੱਗ ਇੰਸਪੈਕਟਰ ਸਾਹਿਬ ਨਾਲ ਗੱਲ ਕਰਕੇ ਸਾਡੇ ਐਸ ਐਸ ਪੀ ਸਾਹਿਬ ਜਿਹੜੇ ਸ਼੍ਰੀ ਮਨਜੀਤ ਸਿੰਘ ਢੇਸੀ ਜੀ ਨੇ ਡੀ ਸੀ ਸਾਹਿਬ ਨਾਲ ਗੱਲ ਕਰਕੇ ਵੀ ਸਪੈਸ਼ਲ ਇੱਕ ਡਿਊਟੀ ਲਵਾਈ ਵੀ ਅਸੀਂ ਆਪਣਾ ਪੂਰਾ ਜਿਹੜਾ ਡਿਸਟ੍ਰਿਕਟ ਇੱਕ ਵਾਰੀ ਪੂਰਾ ਇੱਕ ਛਾਣਨਾ ਚਾਹੁੰਦੇ ਹਾਂ ਜੀ ਅੱਜ ਫਿਰ ਡਰੱਗ ਇੰਸਪੈਕਟਰ ਸਾਹਿਬ ਨੂੰ ਲੈ ਕੇ ਅਸੀਂ ਫਿਰ ਇੱਥੇ ਰੇਡ ਕੀਤੀ ਸੀ ਰੇਡ ਕਰਦੇ ਨਾਲ ਹੀ ਜਿਹੜੇ ਸੀਗੇ 160 ਕੈਪਸੂਲ ਹੈਗੇ ਉਹ ਸਾਨੂੰ ਪ੍ਰੈਗਾ ਦੇ ਮਿਲੇ ਹੈਗੇ ਉਹਨੇ ਫਿਜ਼ੀਕਲ ਡਾਕੂਮੈਂਟੇਸ਼ਨ ਕੋਈ ਨਹੀਂ ਹੈਗੀ ਛੋਟੇ ਛੋਟੇ ਬੱਚਿਆਂ ਨੂੰ ਹੀ ਦੇ ਰਹੇ ਹੈਗੇ ਹੁਣ ਅਸੀਂ ਜਿਹੜਾ ਕਿ ਡਰੱਗ ਇੰਸਪੈਕਟਰ ਸਾਹਿਬ ਨੇ ਇਹਨੂੰ 20 ਮਹੀਨੇ ਦੇ ਵਾਸਤੇ ਜਿਹੜੀ ਕਿ ਦੁਕਾਨ ਸੀਲ ਕਰ ਦਿੱਤੀ ਹੈਗੀ ਜੀ ਉਸ ਵਕਤ ਜਿਹੜਾ ਫਿਰ ਇਹਨਾਂ ਦਾ ਪ੍ਰੋਸੈਸ ਹੈਗਾ ਵੀ ਇਹਨਾਂ ਨੇ ਉਹਨੂੰ ਕਿੱਦਾਂ ਪੈਨਲਟੀ ਦੇਣੀ ਵੀ ਇਹਨਾਂ ਦਾ ਕੀ ਉਹ ਇਹਦਾ ਲਾਇਸੈਂਸ ਰੱਖਣਗੇ ਜਾਂ ਇਹਦਾ ਕੈਂਸਲ ਕਰ ਦੇਣਗੇ ਸਰ ਕੋਈ ਹਿਰਾਸਤ ਵੀ ਲਿੱਤਾ ਗਿਆ ਜੀ ਇਸ ਮਾਮਲੇ ਜਿਹੜਾ ਮਾਲਕ ਹੈਗਾ ਉਹਨੂੰ ਅਸੀਂ ਨਾਲ ਲੈ ਕੇ ਚੱਲੇ ਪੁੱਛਣ ਪੁੱਛ ਕਿਛ ਕਰਨ ਵਾਸਤੇ ਕਿਉਂਕਿ ਇਹਦੀ ਜਿਹੜੀ ਡੈਰੀ ਸੀਗੀ ਉਹ ਸਾਨੂੰ ਮਿਲ ਜਾਏਗੀ ਜੇ ਤੇ ਕੋਈ ਡੱਬੇ ਵਗੈਰਾ ਲਿਖੇ ਵੀ ਦੋ ਡੱਬੇ ਮੈਨੂੰ ਦਿੱਤੇ ਇੱਕ ਡੱਬੇ ਮੈਨੂੰ ਦਿੱਤਾ ਗਿਆ ਉਹ ਸਾਰਾ ਇੱਕ ਵਾਰੀ ਵੈਰੀਫਾਈ ਕਰਕੇ ਜੋ ਇਹਦਾ ਜਿਹੜਾ ਟੈਲੀਫੋਨ ਨੰਬਰ ਆਪਾਂ ਦੇਖ ਕੇ ਜੋ ਕਿਹੜੀ ਕਿਹੜੀ ਕਿਆ ਆਰਡਰ ਦੇ ਕਿਸ ਤਰ੍ਹਾਂ ਕੀਤਾ ਹੈ ਉਸ ਹਿਸਾਬ ਨਾਲ ਫਿਰ ਜਿਹੜੀ ਅਗਲੀ ਕਾਰਵਾਈ ਕਰਾਂਗੇ ਜੀ ਤਾਂ ਡੀਐਸਪੀ ਸਾਹਿਬ ਨੇ ਦੱਸਿਆ ਜੀ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਹੈ ਪੁਲਿਸ ਡਿਪਾਰਟਮੈਂਟ ਹੈ ਉਹਨੂੰ ਸ਼ਿਕਾਇਤ ਕਰੋ ਕੋਈ ਇਹੋ ਜਿਹਾ ਗਲਤ ਕੰਮ ਕਰਦਾ ਹੈ ਇਤਲਾਹ ਦਿਓ ਸਾਰਿਆਂ ਦੇ ਖਿਲਾਫ਼ ਕਾਨੂੰਨੀ ਜਿਹੜੀ ਹੈ ਕਾਰਵਾਈ ਕੀਤੀ ਜਾਊਗੀ ਔਰ ਜਿਹੜੇ ਵੀ ਇਹੋ ਜਿਹਾ ਨਸ਼ਾ ਵੇਚਦੇ ਨੇ ਕੋਈ ਕੈਪਸੂਲ ਗੋਲੀਆਂ ਵੇਚਦੇ ਨੇ ਤਾਂ ਉਹਨਾਂ ਨੂੰ ਜਿਹੜਾ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਊਗਾ ਇਹ ਹੌਟ ਪੁਆਇੰਟ ਹੈ ਇੱਥੇ ਹਮੇਸ਼ਾ ਹੀ ਅਕਸਰ ਹੀ ਇੱਕ ਦਿਨ ਦੇ ਵਿੱਚ ਇੱਕ ਤੋਂ ਤਿੰਨ ਲੜਾਈਆਂ ਜਿਹੜੀ ਐਵਰੇਜ ਹਿਸਾਬ ਦੇਖੋ ਤੁਹਾਡੇ ਰਾਹੀਂ ਲੋਕਾਂ ਰਾਹੀਂ ਸਾਨੂੰ ਔਰ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਸੀ ਇਸੇ ਲਈ ਅਸੀਂ ਇੱਥੇ ਸਾਰੇ ਚੱਲ ਕੇ ਆਏ ਹਾਂ ਪੁਲਿਸ ਡਿਪਾਰਟਮੈਂਟ ਚੱਲ ਕੇ ਆਇਆ ਸਾਡੇ ਜਿਹੜੇ ਡਰੱਗ ਇੰਸਪੈਕਟਰ ਨੇ ਉਹ ਸਾਰੇ ਚੱਲ ਕੇ ਆਏ ਨੇ ਇੱਥੇ ਸਾਰਾ ਚੈਕਿੰਗ ਕੀਤੀ ਜਾ ਰਹੀ ਹੈ ਜਿੱਥੇ ਜਿੱਥੇ ਲੱਗ ਰਿਹਾ ਲੋਕ ਸਾਨੂੰ ਦੱਸ ਰਹੇ ਨੇ ਅਸੀਂ ਜਾ ਕੇ ਲੋਕਾਂ ਦੇ ਅਨੁਸਾਰ ਹੀ ਚੈਕਿੰਗ ਕਰ ਰਹੇ ਹਾਂ ਜੇ ਕੋਈ ਇਹੋ ਜਿਹਾ ਗਲਤ ਅਨਸਰ ਪਾਇਆ ਜਾ ਰਿਹਾ ਗਲਤ ਕੰਮ ਕਰ ਰਿਹਾ ਤਾਂ ਉਹਦੇ ਖਿਲਾਫ਼ ਜਿਹੜਾ ਉਹਨੂੰ ਕਾਨੂੰਨੀ ਕਾਰਵਾਈ ਕੀਤੀ ਜਾਏ ਇਸ ਹਫ਼ਤੇ ਵਾਲੇ ਲੈ ਕੇ ਜੋ ਮੁਹੱਲੇ ਦੇ ਲੋਕ ਨੇ ਉਹਨਾਂ ਦੇ ਵਿੱਚ ਰੋਸ਼ ਕਿਸ ਤਰ੍ਹਾਂ ਸ਼ਾਂਤ ਕੀਤਾ ਜਾਏ ਦੇਖੋ ਲੋਕਾਂ ਦੇ ਸਾਹਮਣੇ ਹੀ ਹੈ ਜੀ ਹੁਣ ਕੋਈ ਵੀ ਇੱਥੇ ਕੋਈ ਗਲਤ ਕੰਮ ਹੋਊਗਾ ਅਸੀਂ ਡਿਊਟੀ ਲਗਾ ਚੱਲੇ ਹਾਂ ਸਾਡੇ ਵਰਕਰ ਨੇ ਉਹ ਸਾਨੂੰ ਇਨਫੋਰਮ ਕਰਨਗੇ ਜੇ ਕੋਈ ਇਹੋ ਜਿਹਾ ਗਲਤ ਕੰਮ ਹੋਊਗਾ ਤਾਂ ਉਹਨਾਂ ਖਿਲਾਫ਼ ਵੀ ਸਾਨੂੰ ਜਿਹੜੀ ਇਹ ਕਾਰਵਾਈ ਹੋਊਗੀ ਧੰਨਵਾਦ ਸਰ।